हां जी ਤੇ ਤੁਹਾਡੇ ਚੋਂ ਕਿਸੇ ਭਰਾ ਨੇ ਵੀ ਇਹ ਵੀਡੀਓ ਨੂੰ ਕਲਿੱਕ ਕੀਤਾ ਹੈ ਤੇ ਇਹਦਾ ਮਤਲਬ ਹੈ ਵੇ ਕਿ ਤੁਸੀਂ ਮੈਕਸੀਕੋ ਜਾਣ ਦੇ ਵਿੱਚ ਇੰਟਰਸਟਿਡ ਹੋ ਜਾਂ ਤੁਹਾਡਾ ਮੈਕਸੀਕੋ ਦਾ ਵੀਜ਼ਾ ਲੱਗ ਗਿਆ ਜਾਂ ਤੁਸੀਂ ਮੈਕਸੀਕੋ ਦਾ ਵੀਜ਼ਾ ਅਪਲਾਈ ਕਰਨਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮੈਕਸੀਕੋ ਦੇ ਵੀਜ਼ੇ ਦੇ ਬਾਰੇ ਚ ਕਿ ਮੈਕਸੀਕੋ ਦਾ ਵਿਜ਼ਿਟ ਵੀਜ਼ਾ ਟੂਰਿਸਟ ਵੀਜ਼ਾ ਕਿਵੇਂ ਅਪਲਾਈ ਹੁੰਦਾ ਹੈ ਉਹਦੀਆਂ ਕੀ ਰਿਕੁਆਇਰਮੈਂਟਾਂ ਨੇ ਇੰਡੀਅਨ ਪਾਸਪੋਰਟ ਦੇ ਉੱਤੇ ਤੇ ਪਾਕਿਸਤਾਨੀ ਪਾਸਪੋਰਟ ਦੇ ਉੱਤੇ ਦੂਸਰੇ ਨੰਬਰ ਤੇ ਅਸੀਂ ਗੱਲ ਕਰਾਂਗੇ ਕਿ ਮੈਕਸੀਕੋ ਦਾ ਵੀਜ਼ਾ ਫ੍ਰੀ ਜਿਹੜਾ ਹੈ ਓ ਕਹਿੰਦੇ ਤੁਸੀਂ ਲੈ ਸਕਦੇ ਹੋ ਇੰਡੀਅਨ ਪਾਸਪੋਰਟ ਦੇ ਉੱਤੇ ਤੇ ਪਾਕਿਸਤਾਨੀ ਪਾਸਪੋਰਟ ਦੇ ਉੱਤੇ ਕਿਵੇਂ ਮੈਕਸੀਕੋ ਦਾ ਵੀਜ਼ਾ ਫ੍ਰੀ ਹੁੰਦਾ ਉਹਦੀ ਗੱਲ ਕਰਾਂਗੇ ਤੀਸਰੇ ਨੰਬਰ ਤੇ ਅਸੀਂ ਗੱਲ ਕਰਾਂਗੇ ਪੰਜਾਬ ਤੋਂ ਪਾਕਿਸਤਾਨ ਇੰਡੀਆ ਦਾ ਜਿਹੜਾ ਪੰਜਾਬ ਏ ਉਥੋਂ ਕਿਵੇਂ ਜਾਇਆ ਜਾਂਦਾ ਡੋਂਕੀ ਲਾ ਕੇ ਬਾਇਰੋਰ ਬਾਇ ਇਅਰ ਕਿਵੇਂ ਜਾਇਆ ਜਾਂਦਾ ਮੈਕਸੀਕੋ ਤਿਕਰਾ ਸੈਪਰੇਟ ਵੀਡੀਓ ਵੀ ਇੱਕ ਬਣਾ ਚੁੱਕਿਆ ਮੈਂ ਲਾਸਟ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਤੇ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਜਾ ਕੇ ਵੇਖ ਸਕਦੇ ਹੋ हां तु जी ਤੇ ਇਹ ਟੀਚ ਵੀਜ਼ਾ ਪੰਜਾਬੀ ਚੈਨਲ ਨੇ ਇਹਦੇ ਤੁਸੀਂ ਪਲੇਲਿਸਟ ਵਾਲਾ ਜਿਹੜਾ ਆਪਸ਼ਨ ਨੇ ਉਹਦੇ ਤੇ ਜਾਓਗੇ ਤੇ ਉਹਦੇ ਜਾਣ ਤੋਂ ਬਾਅਦ ਤੁਸੀਂ ਜਦੋਂ ਥੱਲੇ ਆਓਗੇ ਤੇ ਇਹ ਵੀ ਯੂ ایس اے ਦੀ ਡੰਕੀ ਦੇ ਉੱਤੇ ਇੱਕ ਸੈਪਰੇਟ ਜਿਹੜੀ ਪਲੇਲਿਸਟ ਅਸੀਂ ਬਣਾਈ ਏ ਇਹਦੇ ਤੁਸੀਂ ਜਾ ਕੇ ਤੇ ਸਾਰੇ ਦੇ ਸਾਰੇ ਜਿੰਨੇ ਵੀ ਸਾਡੀਆਂ ਵੀਡੀਓ ਬਣੀਆਂ ਨੇ ਉਹ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਤਕਰੀਬਨ 45 ਵੀਡੀਓ ਨੇ ਸਾਰੀ ਦੀ ਸਾਰੀ ਇਨਫਰਮੇਸ਼ਨ ਤੁਹਾਨੂੰ ਇਹ ਚ ਦਿੱਤੀ ਗਈ ਏ ਬ੍ਰਾਜ਼ੀਲ ਦੇ ਬਾਰੇ ਚ ਕੋਲੰਬੀਆ, ਇਕਵਾਡੋਰ, ਕੋਸਟਾ ਰੀਕਾ, ਹੰਡਰਾਸ, ਬਲੀਜ਼, ਗੁਆਟੇਮਾਲਾ, ਮੈਕਸੀਕੋ ਸਾਰੇ ਦੀ ਸਾਰੀ ਇਨਫਰਮੇਸ਼ਨ ਤੁਹਾਨੂੰ ਅੱਜ ਦੇ ਇਸ ਵੀਡੀਓ ਦੇ ਵਿੱਚ ਲੱਭ ਜੇਗੀ। हां जी ਤੇ ਸਭ ਨਾਲੋਂ ਪਹਿਲਾਂ ਅਸੀਂ ਗੱਲ ਕਰਨੀ ਆ ਮੈਕਸੀਕੋ ਦੇ ਵੀਜ਼ੇ ਦੀ ਰਿਕੁਆਇਰਮੈਂਟ ਦੇ ਬਾਰੇ ਚ ਕਿ ਪਾਕਿਸਤਾਨ ਤੇ ਇੰਡੀਅਨ ਪਾਸਪੋਰਟ ਦੇ ਉੱਤੇ ਜੇ ਤੁਸੀਂ ਮੈਕਸੀਕੋ ਦਾ ਵਿਜ਼ਿਟ ਵੀਜ਼ਾ ਜਾਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ ਤੇ ਉਹਦੇ ਵਾਸਤੇ ਕੀ ਕੀ ਰਿਕੁਆਇਰਮੈਂਟਾਂ ਚਾਹੀਦੀਆਂ ਨੇ ਕਿ ਕੀ ਕੀ ਡਾਕੂਮੈਂਟ ਚਾਹੀਦੇ ਨੇ ਸਭ ਨਾਲੋਂ ਪਹਿਲਾਂ ਤੇ ਇਹ ਆਫੀਸ਼ੀਅਲ ਵੈਬਸਾਈਟ ਹੈ ਮੈਕਸੀਕੋ ਦੇ ਵੀਜ਼ੇ ਦੇ ਰਿਲੇਟਿਡ ਅੰਬੈਸੀ ਦੀ ਵੈਬਸਾਈਟ ਹੈ ਪਾਕਿਸਤਾਨੀਆਂ ਦੀ ਤੇ ਇੰਡੀਅਨ ਜਿਹੜੇ ਨੇ ਉਹਨਾਂ ਦੀ ਤਕਰੀਬਨ ਸੇਮ ਹੀ ਰਿਕੁਆਇਰਮੈਂਟ ਹੈ ਕੋਈ ਨਹੀਂ ਚੇਂਜਿੰਗ ਨਹੀਂ ਹੈ ਸਭਨੂੰ ਪਹਿਲਾਂ ਤੇ ਗੱਲ ਕਰਨੀ ਹੈ ਅਸੀਂ ਰਿਕੁਆਇਰਮੈਂਟ ਦੀ ਸਭਨੂੰ ਪਹਿਲਾਂ ਤੁਹਾਡਾ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਜਿਹੜਾ ਕਿ 6 ਮਹੀਨਾ ਤੱਕ ਤੁਹਾਡਾ ਵੈਲਿਡ ਹੋਏ ਦੂਸਰੇ ਨੰਬਰ ਤੇ ਇੱਕ ਫਾਰਮ ਜਿਹੜਾ ਉਹ ਤੁਸੀਂ ਡਾਊਨਲੋਡ ਕਰਨੇ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਉੱਥੋਂ ਜਾ ਕੇ ਤੁਸੀਂ ਜਿਹੜਾ ਲਿੰਕ ਇੱਥੇ ਕਲਿੱਕ ਕਰੋਗੇ ਤੁਸੀਂ ਫਾਰਮ ਦੇ ਉੱਤੇ ਟੁੱਟ ਜਾਓਗੇ ਤੁਸੀਂ ਫਾਰਮ ਡਾਊਨਲੋਡ ਕਰ ਲੋਗੇ ਫਾਰਮ ਦੇ ਉੱਤੇ ਜਿੰਨੀ ਵੀ ਤੁਹਾਡੇ ਪਾਸਪੋਰਟ ਦੇ ਉੱਤੇ ਡਿਟੇਲ ਲਿਹੀ ਹੈ ਉਹ ਸਾਰੀ ਤੁਸੀਂ ਫਾਰਮ ਦੇ ਉੱਤੇ ਫਿਲ ਕਰਨੀ ਹੈ ਕੰਪਿਊਟਰ ਦੇ ਉੱਤੇ ਤੁਸੀਂ ਫਿਲ ਕਰ ਸਕਦੇ ਹੋ ਤੇ ਨਾਲ ਦੀ ਨਾਲ ਹੀ ਦੋ ਫੋਟੋਆਂ ਜਿਹੜੀਆਂ ਨੇ ਨਾ ਜਿੰ ਜਿੰਨਾ ਦੱਸਿਆ ਨੇ ਉਹਨਾਂ ਦੀ ਤੁਸੀਂ ਦੋ ਫੋਟੋਆਂ ਜਿਹੜੀਆਂ ਨੇ ਉਹ ਲਾਉਣੀਆਂ ਨੇ ਉਸ ਫਾਰਮ ਦੇ ਉੱਤੇ ਉਹ ਫਾਰਮ ਨੂੰ ਪ੍ਰਿੰਟ ਕਰ ਲੈਣਾ ਜਦੋਂ ਪ੍ਰਿੰਟ ਕਰੋਗੇ ਤੇ ਉਸ ਤੋਂ ਬਾਅਦ ਤੁਸੀਂ ਨਾਲ ਜਿਹੜੀਆਂ ਚੀਜ਼ਾਂ ਲਾਣੀਆਂ ਲਾਣਾ ਆਪਣਾ ਬੈਂਕ ਸਟੇਟਮੈਂਟ ਲਾਸਟ 3 ਮਹੀਨਿਆਂ ਦਾ ਜੇ ਤੁਹਾਡੇ ਕੋਲ ਬੈਂਕ ਸਟੇਟਮੈਂਟ ਨਹੀਂ ਹੈ ਫਿਰ ਤੁਸੀਂ ਜਿਹੜੀ ਪੇ ਸਲਿੱਪ ਹੈ ਜਿੱਥੇ ਤੁਹਾਡੀ ਸੈਲਰੀ ਜਿੱਥੋਂ ਲੱਭਦੀ ਹੈ ਉਹ ਤੁਸੀਂ ਲਾ ਸਕਦੇ ਹੋ ਨਾਲ ਉਸ ਤੋਂ ਬਾਅਦ ਤੁਹਾਡਾ ਬਰਥ ਸਰਟੀਫਿਕੇਟ ਉਹ ਨਾਲ ਚਾਹੀਦਾ ਹੈ ਕਰੈਕਟਰ ਸਰਟੀਫਿਕੇਟ ਉਹ ਨਾਲ ਚਾਹੀਦਾ ਇਹ ਸਾਰਾ ਕੁਝ ਜਿਹੜਾ ਹੈ ਨਾ ਕੁਝ ਭਰਾ ਤੇ ਆਂਦੇ ਨੇ ਕਿ ਇਹਨੂੰ ਸਪੈਨਿਸ਼ ਦੇ ਵਿੱਚ ਕਨਵਰਟ ਕਰਵਾਉਣਾ ਹੁੰਦਾ ਹੈ ਤੁਹਾਡਾ ਕਵਰ ਲੈਟਰ ਜਿਹੜਾ ਹੁੰਦਾ ਹੈ ਜਾਂ ਫਿਰ ਡੇਟ ਆਫ ਬਰਥ ਕਰੈਕਟਰ ਸਰਟੀਫਿਕੇਟ ਜਿਹੜਾ ਉਹਦੇ ਸਾਰੀਆਂ ਇਹਨਾਂ ਨੂੰ ਸਪੈਨਿਸ਼ ਦੇ ਵਿੱਚ ਕਨਵਰਟ ਕਰਾਉਣਾ ਹੁੰਦਾ ਹੈ ਲੇਕਿਨ ਮੇਰਾ ਹੁਦ ਦਾ ਐਕਸਪੀਰੀਅੰਸ ਹੈ ਵੇਕਿ ਆ ਵਿਦਾਊਟ ਟ੍ਰਾਂਸਲੇਟ ਕੀਤੇ ਆ ਮੀ ਪੇਪਰ ਜਮਾ ਕਰਾਇਆ ਹਾਂ ਤੇ ਪੇਪਰ ਜਿਹੜਾ ਨਾ ਵੀਜ਼ਾ ਲਾ ਕੇ ਆ ਗਏ ਈਰਾਨ ਤੋਂ ਮੇਰਾ ਇੱਕ ਭਰਾ ਪਾਕਿਸਤਾਨੀ ਜਿਹਨੇ ਈਰਾਨ ਤੋਂ ਮੈਕਸੀਕੋ ਦਾ ਵੀਜ਼ਾ ਅਪਲਾਈ ਕੀਤਾ ਸੀ ਉਹਨੇ ਕੋਈ ਇੰਨੀ ਖਾਸ ਰਿਕੁਆਇਰਮੈਂਟਾਂ ਦੇ ਨਾਲ ਨਹੀਂ ਸੀ ਅਪਲਾਈ ਕੀਤਾ ਤੇ ਉਹਦਾ ਜਿਹੜਾ ਵੀਜ਼ਾ ਲੱਗੇ ਉਹਦਾ ਵੀਜ਼ਾ ਤਾਂ ਕਰਕੇ ਲੱਗਾ ਹੀ ਕਿਉਂਕਿ ਉਹਦੇ ਪਾਸਪੋਰਟ ਦੇ ਉੱਤੇ ਅੱਗੇ ਵੀ ਉਹਨੇ 18 ਕੰਟਰੀਆਂ ਦਾ ਵਿਜ਼ਿਟ ਕੀਤਾ ਸੀ ਜਿਦੇ ਵਿੱਚ ਰਸ਼ੀਆ ਸੀ ਅਜ਼ਰਬਾਈਜਾਨ ਸੀ ਜਾਰਜੀਆ ਸੀ ਅਰਮਾਨੀਆਂ ਸੀ ਤੁਰਕੀ ਹੀ ਹੈ ਕੰਟਰੀਆਂ ਇਸ ਦੀਆਂ ਕੰਟਰੀਆਂ ਜਿਹੜੀਆਂ ਨੇ ਉਹਨੇ ਵਿਜ਼ਿਟ ਕੀਤੀਆਂ ਤਾਂ ਘਰ ਕੋ ਦਾ ਜਰਾ ਵੀਜ਼ਾ ਹੀ ਲੱਗੇ ਜਿਹੜੀਆਂ ਰਿਕੁਆਇਰਮੈਂਟ ਆ ਬਾਕੀ ਕੰਟਰੀਆਂ ਵਾਸਤੇ ਹੁੰਦੀਆਂ ਨੇ ਸੇਮ ਰਿਕੁਆਇਰਮੈਂਟ ਆ ਮੈਕਸੀਕੋ ਵਾਸਤੇ ਵੀ ਸਾਰੀ ਨੇ ਸਾਰੀਆਂ ਰਿਕੁਆਇਰਮੈਂਟ ਆ ਤੁਸੀਂ ਪੜ ਸਕਦੇ ਹੋ ਉਸ ਤੋਂ ਇਲਾਵਾ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਇਹ ਇਹਨਾਂ ਦੀ ਈਮੇਲ ਇੱਥੋਂ ਤੁਸੀਂ ਕਰਕੇ ਮੇਲ ਤੇ ਆਪਣੀ ਜੇ ਉਹ ਵੀ ਰਿਕੁਆਇਰਮੈਂਟ ਹੈ ਉਹ ਤੁਸੀਂ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਬਿਜ਼ਨਸ ਵੀਜ਼ਾ ਵੇ ਵਰਕ ਵੀਜ਼ਾ ਵੇ ਫੈਮਿਲੀ ਵੀਜ਼ਾ ਵੇ ਸਟੂਡੈਂਟ ਵੀਜ਼ਾ ਵੇ ਇਹ ਸਾਰੇ ਵੀਜ਼ਾ ਦੀਆਂ ਜਿਹੜੀਆਂ ਰਿਕੁਆਇਰਮੈਂਟਾਂ ਨੇ ਤੇ ਆਪਣਾ ਜਿੰਨੇ ਵੀ ਬੇਸਿਕ ਫੀਸ ਉਹਨਾਂ ਦੀ ਸਾਰੀ ਸਾਰੀ ਤੁਹਾਨੂੰ ਲੱਭ ਜੇਗੀ ਤੁਸੀਂ ਇੱਥੇ ਇਹਨਾਂ ਦੀ ਇੰਡੀਅਨ ਵੈਬਸਾਈਟ ਜਿਹੜੀ ਹੈ ਇੰਡੀਅਨ ਐਮਬੈਸੀ ਆ ਮੈਕਸੀਕੋ ਦੇ ਵਿੱਚ ਜਿਹੜੀ ਹੈ ਸੋਰੀ ਮੈਕਸੀਕੋ ਦੀ ਐਮਬੈਸੀ ਜਿਹੜੀ ਇੰਡੀਅਨ ਦੇ ਵਿੱਚ ਕੋਡੋ ਦੂਸੇ ਜਾਣ ਸਾਰੇ ਦੀ ਸਾਰੀ ਆਪਣੀ ਵੀਜ਼ਾ ਇਨਫਾਰਮੇਸ਼ਨ ਲੈ ਸਕਦੇ ਹੋ ਰਿਕੁਆਇਰਮੈਂਟਾਂ ਲੈ ਸਕਦੇ ਹੋ ਤੁਹਾਨੂੰ ਏਜੰਟ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਆਪੀ ਵੀ ਇਹ ਸਾਰੇ ਜਿਹੜੇ ਕੰਮ ਹੈ ਉਹ ਪੜ੍ਹ ਕੇ ਕਰ ਸਕਦੇ ਹੋ ਹਾਂਜੀ ਤੇ ਹੁਣ ਦੂਸਰੇ ਨੰਬਰ ਤੇ ਅਸੀਂ ਗੱਲ ਕਰਨੀਆਂ ਮੈਕਸੀਕੋ ਦੇ ਵੀਜ਼ੇ ਦੇ ਬਾਰੇ ਚ ਵੀਜ਼ਾ ਫ੍ਰੀ ਦੇ ਬਾਰੇ ਚ ਕਿ ਇੰਡੀਅਨ ਪਾਸਪੋਰਟ ਦੇ ਉੱਤੇ ਤੇ ਪਾਕਿਸਤਾਨੀ ਪਾਸਪੋਰਟ ਦੇ ਉੱਤੇ ਮੈਕਸੀਕੋ ਦਾ ਜਿਹੜਾ ਵੀਜ਼ਾ ਫ੍ਰੀ ਏ ਉਹ ਕਿੰਜ ਹਾਸਲ ਕਰ ਸਕਦੇ ਹੋ ਇਹ ਦੇਖ ਸਕਦੇ ਹੋ ਇੰਡੀਅਨ ਦੀ ਜਿਹੜੀ ਵੈਬਸਾਈਟ ਹੈ ਉਹ ਵੀ ਸੇਮ ਹੈ ਪਾਕਿਸਤਾਨੀ ਵੈਬਸਾਈਟ ਦੀ ਉਹ ਵੀ ਸੇਮ ਹੀ ਮੈਂ ਬੇਸਿਕਲੀ ਐ ਇੰਡੀਅਨ ਵੈਬਸਾਈਟ ਖੋਲ ਲਈਏ ਤੁਸੀਂ ਦੇਖ ਸਕਦੇ ਹੋ ਇਹ ਇੰਡੀਅਨ ਵੈਬਸਾਈਟ ਹੈ ਵਿਕੀਪੀਡੀਆ ਦੀ ਅਫੀਸ਼ੀਅਲ ਵੈਬਸਾਈਟ ਹੈ ਇੰਡੀਅਨ ਪਾਸਪੋਰਟ ਦੇ ਉੱਤੇ ਵੀਜ਼ਾ ਫ੍ਰੀ ਕੰਟਰੀ ਉਹਨੇ ਦੱਸੀਏ ਕਿ 61 ਕੰਟਰੀ ਨੇ ਜਿਨ੍ਹਾਂ ਦਾ ਵੀਜ਼ਾ ਫ੍ਰੀ ਹੈ ਇੰਡੀਅਨ ਪਾਸਪੋਰਟ ਦੇ ਉੱਤੇ ਤੇ ਅਸੀਂ ਗੱਲ ਕਰਨੇ ਆ ਥੱਲੇ ਜਿੱਥੇ ਤੁਸੀਂ ਆਓਗੇ ਮੈਕਸੀਕੋ ਦੇ ਵਿੱਚ ਤੇ ਮੈਕਸੀਕੋ ਦਾ ਜਿਹੜਾ ਵੀਜ਼ਾ ਹੈ ਉਹ ਰਿਕੁਆਇਰਡ ਹੈ ਇਹ ਤੁਸੀਂ ਦੇਖ ਸਕਦੇ ਹੋ ਮੈਕਸੀਕੋ ਦਾ ਵੀਜ਼ਾ ਰਿਕੁਆਇਰਡ ਹੈ ਜੇ ਤੁਹਾਡੇ ਪਾਸਪੋਰਟ ਦੇ ਉੱਤੇ ਇੰਡੀਅਨ ਪਾਸਪੋਰਟ ਦੇ ਉੱਤੇ ਤੇ ਪਾਕਿਸਤਾਨੀ ਪਾਸਪੋਰਟ ਦੇ ਉੱਤੇ ਜੇ ਤੁਹਾਡੇ ਕੋਲ ਵੈਲਟ ਵੀਜ਼ਾ ਯੂਐਸਏ ਦਾ ਕੈਨੇਡਾ ਦਾ ਜਪਾਨ ਦਾ ਯੂਕੇ ਦਾ ਜਾਂ ਯੂਰਪ ਕੰਟਰੀਆਂ ਸ਼ੇਨਜਨ ਦਾ ਕਿਸੇ ਵੀ ਕੰਟਰੀ ਦਾ ਵੀਜ਼ਾ ਮੌਜੂਦ ਹੈ ਵੀਜ਼ਾ ਵੈਲਟ ਹੈ ਤੇ ਤੁਸੀਂ ਮੈਕਸੀਕੋ ਜਿਹੜਾ ਉਹ ਵਿਦਆਊਟ ਵੀਜ਼ਾ ਜਾ ਸਕਦੇ ਹੋ ਅਸੀਂ ਆ ਦਿਨਾਂ ਵਾਸਤੇ ਤੁਹਾਨੂੰ ਕਿਸੇ ਕਿਸਮ ਦੇ ਵੀਜ਼ਾ ਲੈਣ ਦੀ ਲੋੜ ਨਹੀਂ ਪਏਗੀ ਫਿਰ ਇੱਕ ਵਾਰੀ ਮੈਂ ਰਿਪੀਟ ਕਰ ਦਿਆਂ ਜੇ ਤੁਹਾਡੇ ਪਾਸਪੋਰਟ ਦੇ ਉੱਤੇ ਚਾਹੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈ ਜਾਂ ਪਾਕਿਸਤਾਨੀ ਪਾਸਪੋਰਟ ਹੈ ਤੁਹਾਡੇ ਪਾਸਪੋਰਟ ਦੇ ਉੱਤੇ ਯੂਐਸਏ ਦਾ ਵੀਜ਼ਾ ਜਾਂ ਫਿਰ ਕੈਨੇਡਾ ਦਾ ਵੀਜ਼ਾ ਜਾਪਾਨ ਦਾ ਵੀਜ਼ਾ ਯੂਕੇ ਦਾ ਵੀਜ਼ਾ ਜਾਂ ਫਿਰ ਸ਼ੇਨਜਨ ਵੀਜ਼ਾ ਵੈਲੀਟ ਹੈ ਤਾਂ ਫਿਰ ਤੁਸੀਂ ਜਿਹੜਾ ਨੋ ਮੈਕਸੀਕੋ ਜਾ ਸਕਦੇ ਹੋ ਇੱਕ ਗੱਲ ਹੋਰ ਤੁਹਾਨੂੰ ਦੱਸ ਦਿਆਂ ਇਹਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਨਹੀਂ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਵੀਜ਼ਾ ਤੁਹਾਡੇ ਪਾਸਪੋਰਟ ਦੇ ਉੱਤੇ ਲੱਗਾ ਹੋਇਆ ਵੀ ਫਿਰ ਵੀ ਤੁਹਾਨੂੰ ਜਿਹੜਾ ਨੋ ਮੈਕਸੀਕੋ ਦਾ ਵੀਜ਼ਾ ਚਾਹੀਦਾ ਹੋਏਗਾ ਮੈਕਸੀਕੋ ਜਾਣ ਵਾਸਤੇ हां जी दे लास्ट ਤੇ ਅਸੀਂ ਗੱਲ ਕਰਨੀ ਆ ਕਿ ਇੰਡੀਆ ਪੰਜਾਬ ਤੋਂ ਤੇ ਪਾਕਿਸਤਾਨ ਤੋਂ ਕਿਵੇਂ ਲੈ ਕੇ ਜਾਇ ਜਾਂਦਾ ਹੈ ਮੈਕਸੀਕੋ ਡੋਂਕੀ ਲਾ ਕੇ ਮੈਕਸੀਕੋ ਤੋਂ ਕਿਵੇਂ ਤੁਹਾਨੂੰ ਯੂਐਸਏ ਦਾ ਬਾਰਡਰ ਟਪਾਇਆ ਜਾਂਦਾ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਇਹਦੇ ਤੇ ਇੱਕ ਸੈਪਰੇਟ ਜਿਹੜੀ ਪਲੇਲਿਸਟ ਏ ਉਹ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਅਪਲੋਡ ਕੀਤੀ ਹੈ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਸਾਰੀ ਦੀ ਸਾਰੀ ਇਨਫਰਮੇਸ਼ਨ ਆ ਨਕਸ਼ੇ ਦੇ ਜ਼ਰੀਏ ਤੇ ਵੀਡੀਓਜ਼ ਦੇ ਜ਼ਰੀਏ ਤੇ ਪੰਜਾਬੀ ਭਰਾ ਜਿਹੜੇ ਡੰਕੀ ਲਾ ਗਏ ਨੇ ਉਹਨਾਂ ਦਾ ਇੰਟਰਵਿਊ ਵੀ ਇਹ ਪਲੇਲਿਸਟ ਦੇ ਵਿੱਚ ਹੈ ਵੇ ਤੁਸੀਂ ਜਾ ਕੇ ਵੇਖ ਸਕਦੇ ਹੋ ਟੀਚ ਵੀਜ਼ਾ ਪੰਜਾਬੀ ਚੈਨਲ ਦੇ ਉੱਤੇ ਇਹ ਤੇ ਮੈਂ ਤੁਹਾਨੂੰ ਮੋਟੀਆਂ-ਮੋਟੀਆਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਇੰਪੋਰਟੈਂਟ ਇਨਫਰਮੇਸ਼ਨ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਵਾ ਕਿ ਜਿੱਦੂ ਤੁਹਾਨੂੰ ਲੈ ਕੇ ਜਾਇਆ ਜਾਂਦਾ ਨਾ ਬ੍ਰਾਜ਼ੀਲ ਪਾਕਿਸਤਾਨ ਤੋਂ ਇੰਡੀਆ ਤੋਂ ਤੁਹਾਨੂੰ ਮੋਸਟਲੀ ਬ੍ਰਾਜ਼ੀਲ ਹੀ ਲੈ ਕੇ ਜਾਇਆ ਜਾਂਦਾ ਹੈ ਜਾਂ ਫਿਰ ਵਾਇਆ ਦੁਬਈ ਵਾਇਆ ਦੁਬਈ ਹੁੰਦਾ ਜਾਂ ਫਿਰ ਵਾਇਆ ਤੁਰਕੀ ਹੁੰਦਾ ਤੁਹਾਨੂੰ ਬੇਸਿਕਲੀ ਲੈ ਕੇ ਜਾਇਆ ਜਾਂਦਾ ਬ੍ਰਾਜ਼ੀਲ ਬ੍ਰਾਜ਼ੀਲ ਜਿੱਥੇ ਤੁਸੀਂ ਪਹੁੰਚਦੇ ਹੋ ਬ੍ਰਾਜ਼ੀਲ ਜ਼ਿਆਦਾਤਰ ਜਿਹੜੀ ਡੰਕੀ ਵਾਸਤੇ ਬੰਦਿਆਂ ਨੂੰ ਮਗਾਉਂਦੇ ਨੇ ਉਹ ਸੋ ਪੋਲ ਮਗਾਉਂਦੇ ਨਹੀਂ ਜਾਂ ਰਿਓ ਜਨੇਰੀਓ ਮਗਾਉਂਦੇ ਨੇ ਰਿਓ ਜਨੇਰੀਓ ਬਹੁਤ ਹੀ ਘੱਟ ਮਗਾਉਂਦੇ ਨੇ ਜ਼ਿਆਦਾਤਰ ਸੋ ਪੋਲ ਹੁੰਦੇ ਨੇ ਸੋ ਪੋਲ ਤੋਂ ਅੱਗੋਂ ਤੁਹਾਨੂੰ ਜਿਹੜਾ ਨਾ ਔਟੋਰ ਕੇ ਲਿਆ ਜਾਂਦਾ ਹੈ ਪੇਰੂ ਦੇ ਬਾਰਡਰ ਤੱਕ ਪੇਰੂ ਦਾ ਬਾਡਰ ਟਪਾਉਂਦੇ ਨੇ ਫਿਰ ਉਸ ਤੋਂ ਬਾਅਦ ਤੁਹਾਨੂੰ ਇਕਵਾਡੋਰ ਇਕਵਾਡੋਰ ਤੋਂ ਕੋਲੰਬੀਆ ਕੋਲੰਬੀਆ ਤੋਂ ਪਨਾਮਾ ਕੋਸਟਾ ਰੀਕਾ ਨਕਾਰਾਗੋਆ ਤੇ ਗਵਾਟੇਮਾਲਾ ਤੇ ਗਵਾਟੇਮਾਲਾ ਤੋਂ ਅਗੂ ਮੈਕਸੀਕੋ ਮੈਕਸੀਕੋ ਸਿਟੀ ਤੇ ਮੈਕਸੀਕੋ ਸਿਟੀ ਤੋਂ ਬਾਅਦ ਲਾਨੂੰ ਲੈ ਕੇ ਜਾਇ ਜਾਂਦਾ ਹੈ ਯੂ ਐਸ ਏ ਠੀਕ ਹੈ ਇਹ ਕੰਟਰੀ ਹੁੰਦੇ ਨੇ ਕੰਟਰੀ ਨੇ ਬ੍ਰਾਜ਼ੀਲ 1 ਹੋ ਗਿਆ ਪੇਰੂ 2 ਹੋ ਗਿਆ ਗਵਾਟੇਮਾਲਾ 3 ਕੋਲੰਬੀਆ 4 ਪਨਾਮਾ 5 ਕੋਸਟਾ ਰੀਕਾ 6 ਨਕਾਰਾਗੋਆ 7 ਗਵਾਟੇਮਾਲਾ ਅੱਠ ਤੇ ਮੈਕਸੀਕੋ ਜਿਹੜਾ ਉਹ ਨੌ 10 ਕੰਟਰੀਆਂ ਜਿਹੜੀਆਂ ਨੇ ਤੁਹਾਨੂੰ ਟੱਪਣੀਆਂ ਪੈਂਦੀਆਂ ਨੇ ਜ਼ਿਆਦਾਤਰ ਕੁਝ ਭਰਾ ਐਸੇ ਵੀ ਹੁੰਦੇ ਨੇ ਜਿਹੜੇ ਬਹੁਤੇ ਪੈਸੇ ਭਰਦੇ ਨੇ ਤੇ ਉਹ ਤੁਹਾਨੂੰ ਜਿਹੜਾ ਨਾ ਬ੍ਰਾਜ਼ੀਲ ਤੋਂ ਪੇਰੂ ਪੇਰੂ ਤੋਂ ਇਕਵਾਡੋਰ ਤੋਂ ਇਕਵਾਡੋਰ ਤੋਂ ਤੁਹਾਨੂੰ ਜਿਹੜਾ ਨਾ ਫਲਾਈ ਕਰਵਾ ਦਿੱਤਾ ਜਾਂਦਾ ਜਾਂ ਤੇ ਗੁਆਟੇਮਾਲਾ ਜਾਂ ਫਿਰ ਮੈਕਸੀਕੋ ਇਹ ਤੁਹਾਨੂੰ ਫਲਾਈ ਕਰਵਾਇਆ ਜਾਂਦਾ ਇਹ ਫਲਾਈਟ ਕਰਵਾਉਣ ਦੀ ਜਿਹੜੀ ਪ੍ਰਾਈਸ ਹੁੰਦੀ ਹੈ ਡਿਪੈਂਡ ਕਰਦੀ ਏਜੰਟ ਤੇ ਜ਼ਿਆਦਾਤਰ ਜਿਹੜੇ ਇੱਥੇ ਇਰਾਨੀ ਏਜੰਟ ਬੈਠੇ ਹੁੰਦੇ ਨੇ ਜ਼ਿਆਦਾਤਰ ਮੋਸਟਲੀ ਜਿਹੜੇ ਹੁੰਦੇ ਨੇ ਇਰਾਨੀ ਏਜੰਟ ਹੁੰਦੇ ਨੇ ਜਿਹੜੇ ਕਿ ਪਾਕਿਸਤਾਨੀ ਤੇ ਕਦਰ ਕਰਦੇ ਨੇ ਲੇਕਿਨ ਇੰਡੀਅਨ ਨੂੰ ਬੈਡ ਸਮਝਦੇ ਨੇ ਇੰਨਾ ਵੀ ਨਹੀਂ ਬਟ ਮੇਰਾ ਇੱਕ ਦੋ ਆ ਦੋਸਤ ਹੈ ਸੀ ਜਿਹਦਾ ਮੈਂ ਇੰਟਰਵਿਊ ਲੈਣ ਡਿਆ ਸਾਂ ਤੇ ਉਹਨੇ ਇਹ ਕਿਹਾ ਕਿ ਮੋਸਟਲੀ ਜਿਹੜੇ ਨਾ ਪਾਕਿਸਤਾਨੀ ਉਹਨੂੰ ਘੱਟ ਪੈਸਿਆਂ ਤੇ ਵੀ ਲੈ ਜਾਂਦੇ ਨੇ ਐਜ਼ ਅ ਮੁਸਲਿਮ ਹੋਣ ਦੇ ਖਾਤਰ ਤੇ ਇੰਡੀਅਨ ਨੂੰ ਇੰਨਾ ਨਹੀਂ ਕਰਦੇ ਪੈਸੇ ਵੀ ਜ਼ਿਆਦਾ ਲੈਂਦੇ ਨੇ ਤਾਂ ਹਾਂ ਇਹ ਗੱਲ ਹੈ ਰਾਨੀਆਂ ਦੇ ਵਿੱਚ ਕਾਮ ਮ ਤੁਹਾਡਾ ਇੱਕ ਨੰਬਰ ਕਰਦੇ ਨੇ ਕਿ ਤੁਸੀਂ ਪੇਰੂ ਤੋ ਜਾਣਾ ਚਾਹੁੰਦੇ ਹੋ ਬਾਇ ਇਅਰ ਫਿਰ ਵੀ ਤੁਹਾਡੇ ਕੋਲ ਪੈਸੇ ਜੈਜ਼ ਲੈਣਗੇ ਬਟ ਐ ਵੀ ਕਿ ਤੁਹਾਨੂੰ ਜਿਹੜਾ ਉਹ ਬਾਇ ਫਲਾਈ ਜਦੋਂ ਲੈ ਕੇ ਜਾਣਗੇ ਬਾਇ ਇਅਰ ਤੇ ਜਿੰਨੇ ਵੀ ਤੁਹਾਨੂੰ ਪਨਾਮਾ ਕੋਸਟਾ ਰੀ ਕਾਨਕਾਰਾ ਗੋਆ ਕੋਲੰਬੀਆ ਦੇ ਜੰਗਲ ਨੇ ਉਹ ਨੀਟ ਆਪਣੇ ਪੈਣਗੇ इजीली ਤੁਸੀਂ ਜਾ ਸਕੋਗੇ ਇਹ ਰਿਸਕ ਹੁੰਦਾ ਬਟ ਐਵੇਂ ਕਿ ਜਿੰਨੇ ਵੀ ਤੁਹਾਡੇ ਆ ਜੰਗਲ ਨੇ ਟੋਰ ਕੂਟ ਕੇ ਤਕਰੀਬਨ 6 ਤੋਂ 7 ਮਹੀਨੇ ਲੱਗ ਜਾਂਦੇ ਨੇ ਬ੍ਰਾਜ਼ੀਲ ਤੋਂ ਮੈਕਸੀਕੋ ਜਾਂਦੇ ਆ ਜ਼ਿਆਦਾ ਵੀ ਲੱਗ ਜਾਂਦੇ ਨੇ ਮੇਰਾ ਇੱਕ ਦੋਸਤ ਹੈ ਆਪਣਾ ਜਨਨ ਵਾਲਾ ਹੈ ਇਹ ਵੀ ਕੰਟੈਕਟ ਦੇ ਵਿੱਚ ਇਸ ਟਾਈਮ ਜਿਹੜਾ ਨਾ ਉਹ ਟੈਕਸਸ ਦੇ ਵਿੱਚ ਬੈਠਾ ਹੈ ਉਹ ਦੋਸਤ ਅੱਛਾ ਸੈਟਲ ਲੇ ਤਕਰੀਬਨ 3 ਸਾਲ ਹੋ ਗਏ ਨੇ ਉਹ ਗਿਆ ਸੀ ਬ੍ਰਾਜ਼ੀਲ ਪਾਕਿਸਤਾਨ ਦਾ ਬੰਦਾ ਸੀ ਪਾਕਿਸਤਾਨ ਤੋਂ ਗਿਆ ਦੁਬਈ ਦੁਬਈ ਤੋਂ ਨੇ ਵੀਜ਼ਾ ਲਵਾਇਆ ਬ੍ਰਾਜ਼ੀਲ ਦਾ ਬ੍ਰਾਜ਼ੀਲ ਤੋਂ ਆਪਣੀ ਮਦਦ ਆਪ ਦੇ ਤਹਿ ਤਿੰਨ ਸਾਲਾਂ ਦੇ ਵਿੱਚ ਬ੍ਰਾਜ਼ੀਲ ਤੋਂ ਮੈਕਸੀਕੋ ਗਿਆ ਤਿੰਨ ਸਾਲਾਂ ਦੇ ਵਿੱਚ ਬ੍ਰਾਜ਼ੀਲ ਤੋਂ ਮੈਕਸੀਕੋ 10 ਮੁਲਕ ਨੂੰ ਟੱਪ ਦਿਆਂ ਤਿੰਨ ਸਾਲ ਲੱਗੇ ਜਦੋਂ ਤਿੰਨ ਸਾਲਾਂ ਬਾਅਦ ਉਹ ਯੂਐਸਏ ਗਿਆ ਮੈਨੂੰ ਮਿਲਿਆ ਤੇ ਉਹ ਮੈਨੂੰ ਕਹਿਣ ਦਿਆ ਸੀ ਕਿ ਜਿੰਨਾ ਵੀ ਸਫਰ ਰਿਹਾ ਸਭਨਾਂ ਨੇ ਬਹੁਤ ਜਿਹੜੀ ਮੇਰੀ ਮਦਦ ਕੀਤੀ ਹੈ ਨਾ ਉਹ ਸਿਰਫ ਔਰ ਸਿਰਫ ਜ਼ੁਬਾਨ ਨੇ ਕੀਤੀ ਹੈ ਕਿਉਂਕਿ ਜਿੰਨੇ ਵੀ ਮੁਲਕ ਨੇ ਬ੍ਰਾਜ਼ੀਲ ਨੂੰ ਤੁਸੀਂ ਕੱਢ ਦਿਓ ਅਰਜنٹੀਨਾ ਨੂੰ ਕੱਢ ਦਿਓ ਬਾਕੀ ਜਿੰਨੇ ਵੀ ਕੰਟਰੀ ਨੇ ਹੈ ਸਾਊਥ ਅਮਰੀਕਾ ਤੇ ਨਾਰਥ ਸੋਰੀ ਸਾਊਥ ਅਮਰੀਕਾ ਸੈਂਟਰ ਅਮਰੀਕਾ ਦੇ ਵਿੱਚ ਇਹ ਸਾਰੇ ਦੇ ਸਾਰੇ ਸਪੈਨਿਸ਼ ਜ਼ੁਬਾਨ ਬੋਲਦੇ ਨੇ ਤੇ ਜਿੱਦਿਆ ਬੰਦੇ ਨੂੰ ਸਪੈਨਿਸ਼ ਮਾਰੀ ਮੋਟੀ ਆਉਂਦੀ ਏ ਉਹ ਇਹਨਾਂ ਕੰਟਰੀਆਂ ਦੇ ਵਿੱਚ ਧੱਕੇ ਨਹੀਂ ਖਾ ਸਕਦਾ ਸੌਖੇ ਤਰੀਕੇ ਦੇ ਨਾਲ ਜਿਹੜਾ ਨਾ ਉਹਨਾਂ ਦੀ ਜ਼ੁਬਾਨ ਸਮਝ ਕੇ ਤੁਸੀਂ ਜਿਹੜਾ ਨਾ ਉਹ ਬਾਰਡਰ ਵੀ ਕਰਾਸ ਕਰਵਾ ਸਕਦੇ ਹੋ ਤੇ ਆਪੇ ਵੀ ਕਰ ਸਕਦੇ ਹੋ ਘੱਟ ਪੈਸਿਆਂ ਦੇ ਵਿੱਚ ਹਾਂਜੀ ਤੇ ਮਿੱਤਰੋ ਉਮੀਦ ਕਰਦਾ ਕਿ ਤੁਹਾਨੂੰ ਜੇ ਰਿਓ ਇਨਫੋਰਮੇਸ਼ਨ ਪਸੰਦ ਆਈ ਹੋਏਗੀ ਜੇ ਤੇ ਇਨਫੋਰਮੇਸ਼ਨ ਪਸੰਦ ਆਈਏ ਤੇ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਨਵੇਂਓ ਚੈਨਲ ਟੀਚ ਵੀਜ਼ਾ ਪੰਜਾਬੀ ਤੇ ਇਹਨੂੰ ਸਬਸਕ੍ਰਾਈਬ ਕਰੋ ਕੋਈ ਵੀ ਸਵਾਲ ਹੈ ਤੁਹਾਡਾ ਕਿਸੇ ਵੀ ਕੰਟਰੀ ਦੇ ਰਿਲੇਟਿਡ ਤੁਸੀਂ ਵੀਜ਼ੇ ਦੇ ਬਾਰੇ ਚ ਜਾਣਨਾ ਚਾਹੁੰਦੇ ਹੋ ਜਾਂ ਫਿਰ ਡੰਕੀ ਦੇ ਬਾਰੇ ਚ ਜਾਣਨਾ ਚਾਹੁੰਦੇ ਹੋ ਤੁਸੀਂ ਥੱਲੇ ਕਮੈਂਟ ਬਾਕਸ 'ਚ ਸਾਨੂੰ ਪੁੱਛ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਉਹਦਾ ਤੁਹਾਨੂੰ ਰਿਪਲਾਈ ਦੇਈਏ ਜਾਂ ਫਿਰ ਜੇ ਤੁਹਾਡਾ ਸਵਾਲ ਇੰਪੋਰਟੈਂਟ ਹੋਇਆ ਸਾਨੂੰ ਲੱਗਿਆ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਤੇ ਅਸੀਂ ਉਹਦੇ ਤੇ ਇੱਕ ਸੈਪਰੇਟਲੀ ਵੀਡੀਓ ਬਣਾ ਦਿਆਂਗੇ ਤੁਹਾਡੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ 8000 ਜਿਹੜੇ ਉਹ ਸਬਸਕ੍ਰਾਈਬਰ ਕਰਵਾਏ ਨੇ 8000 ਤੁਹਾਡੀ ਫੈਮਲੀ ਹੋ ਗਈ 8000 ਸਾਡੇ ਭਰਾ ਵੀਰ ਮਿੱਤਰ ਹੋ ਗਏ ਨੇ ਜੇ ਰਾਕੇ ਕਿਸੇ ਨਾ ਕਿਸੇ ਕੰਟਰੀ ਜਾਣਾ ਚਾਹੁੰਦੇ ਨੇ ਮੈਂ ਤੁਹਾਨੂੰ ਗਰੰਟੀ ਨਾਲ ਲਾਉਣਾ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਦੇ ਉੱਤੇ ਜਿਹੜੀ ਵੀ ਅਸੀਂ ਇਨਫੋਰਮੇਸ਼ਨ ਚਾਹਾਂਗੇ ਉਹ ਟੋਟਲੀ ਸਬੂਤ ਦੇ ਨਾਲ ਚਾਹਾਂਗੇ ਤੇ ਜਿੰਨੇ ਵੀ ਫੇਕ ਆਪਣਾ ਬੰਦੇ ਨੇ YouTube ਦੇ ਉੱਤੇ ਉਹਨਾਂ ਤੋਂ ਅਲੈਦਾ ਤੇ ਸਬੂਤਾਂ ਦੇ ਨਾਲ ਅਸੀਂ ਵੀਡੀਓ ਬਣਾਵਾਂਗੇ ਆ ਤੁਹਾਡੇ ਤੂੰ ਕਿਸੇ ਵੀ ਬੰਦੇ ਨੂੰ ਕੋਈ ਵੀ ਡਾਊਟ ਲੱਗਦਾ ਕਿ ਇਹ ਫੇਕ ਗੱਲਾਂ ਕਰਨ ਡਿਆ ਗਲਤ ਗੱਲਾਂ ਕਰਨ ਡਿਆ ਤੁਸੀਂ ਸਾਡੇ ਚੈਨਲ ਨੂੰ ਅਨਸਬਸਕ੍ਰਾਈਬ ਕਰਕੇ ਜਾ ਸਕਦੇ ਹੋ ਜਾਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਕਿ ਮੈਂ ਕਿਹੜੀ ਗਲਤੀ ਕਰਨਾ ਵੀਡੀਓ ਦੇ ਵਿੱਚ ਅਸੀਂ ਉਸ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਨਾ Ориジナル ਕੰਟੈਂਟ ਲਿਆਂਇਆ ਜਾਏ Ориジナル ਜਿਹੜੀਆਂ ਗੱਲਾਂ ਨੇ ਉਹ ਲਿਆਂੀਆਂ ਜਾਣ ਵੀਜ਼ੇ ਦੇ ਰਿਲੇਟਿਡ ਇਮੀਗ੍ਰੇਸ਼ਨ ਦੇ ਰਿਲੇਟਿਡ ਵਰਕ ਪਰਮਿਟ ਦੇ ਰਿਲੇਟਿਡ ਉਸ ਤੋਂ ਇਲਾਵਾ ਕਾਫੀ ਜ਼ਿਆਦਾ ਭਰਾ ਜਿਹੜੇ ਨੇ ਇਮੀਗ੍ਰੇਸ਼ਨ ਇਟਲੀ ਦੀ ਇਮੀਗ੍ਰੇਸ਼ਨ ਤੇ ਇਟਲੀ ਦੇ ਨੋਲਾ ਉਸਤਾ ਦੇ ਰਿਲੇਟਡ ਜਿਹੜਾ ਨਾ ਉਹ ਕਾਫੀ ਜ਼ਿਆਦਾ ਇੰਟਰਸਟ ਰੱਖਦੇ ਨੇ ਤੇ ਤੁਸੀਂ ਉਹ ਵੀ ਵੇਖ ਸਕਦੇ ਹੋ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਉੱਤੇ ਆ ਜਿੱਦੂ ਵੀ ਲੇਟੈਸਟ ਅਪਡੇਟ ਆਉਂਦੀ ਹੈ ਇਟਲੀ ਵੱਲੋਂ ਇਟਰੀ ਦੀ ਗਵਰਨਮੈਂਟ ਵੱਲੋਂ ਤੇ ਅਸੀਂ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਤੇ ਉੱਤੇ ਪੰਜਾਬੀ ਜ਼ੁਬਾਨ ਦੇ ਵਿੱਚ ਅਪਲੋਡ ਕਰ ਦਿੰਨੇ ਆ ਤੁਹਾਡੇ ਅੱਗੇ ਸਿਰਫ ਔਰ ਸਿਰਫ ਇੱਕ ਰਿਕਵੈਸਟ ਏ ਕਿ ਇਹ ਚੈਨਲ ਇਹ ਸਾਡਾ ਟੀਚ ਵੀਜ਼ਾ ਪੰਜਾਬੀ ਵਾਲਾ ਤੁਸੀਂ ਇਹਨੂੰ ਇਥੋਂ ਸਬਸਕ੍ਰਾਈਬ ਕਰਨਾ ਹੈ ਦੇ ਨਾਲ ਦੀ ਨਾਲ ਹੀ ਹੈ ਬੈਲ ਦਾ ਆਈਕਨ ਇਹਨੂੰ ਤੁਸੀਂ ਜ਼ਰੂਰ ਪ੍ਰੈਸ ਕਰਨਾ ਹੈ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦੇ ਨੋਟੀਫਿਕੇਸ਼ਨ ਨੂੰ ਪ੍ਰੈਸ ਕਰੋ ਤੇ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਤੱਕ ਰਾਂ ਸ਼ੇਅਰ ਜ਼ਰੂਰ ਕਰਿਓ ਮਿਲਦੀਆਂ ਤੁਹਾਨੂੰ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ